ਹੈਲੋ ਜੀ, ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਠੰਡ ਨੇ ਜਿਹੜਾ ਹੈਗਾ ਫੇਰ ਜ਼ੋਰ ਦਿੱਤਾ ਪਿਆ। ਕੱਲ੍ਹ ਦਾ ਬਹੁਤ ਜਿਹੜਾ ਹੈਗਾ ਜਗ੍ਹਾ ਤੇ, ਹਨਾ, ਜਿਹੜੇ ਕਹਿੰਦੇ ਨੇ ਗੜੇ ਮਾਰੀ ਹੋਈ ਹੈ, ਕਾਕੜੇ ਪੈ ਗਏ ਆ ਤੇ ਫਸਲਾਂ ਨੂੰ ਚਲੋ ਨੁਕਸਾਨ ਹੀ, ਹਨਾ। ਪਰਮਾਤਮਾ ਕਰੇ ਸੁੱਖ ਸਾਂਦ ਹੀ ਰਹੇ ਤੇ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ। ਅਤੇ ਕਿਉਂਕਿ ਜੀ ਆਪਾਂ ਮਸਾਂ, ਹੈ ਨਾ, ਫਸਲਾਂ ਪਾਲਦੇ ਹਾਂ, ਜਦੋਂ ਟਾਈਮ 'ਤੇ ਆ ਕੇ ਐਵੇਂ ਦਾ ਹੋ ਜੇ ਫਿਰ ਬਹੁਤ ਦੁੱਖ ਲੱਗਦਾ, ਹੈ ਨਾ। ਪਿਛਲੇ ਸਾਲ ਵੀ ਬਹੁਤ ਫਸਲਾਂ ਖਰਾਬ ਹੋ ਗਈਆਂ ਸੀਗੀਆਂ। ਚਲੋ ਪਰਮਾਤਮਾ ਸੁੱਖ ਰੱਖੇ, ਹੈ ਨਾ। ਅਤੇ ਹੁਣ ਟਾਈਮ ਹੈਗਾ ਜੀ, ਰਾਤ ਦੇ 8:30 ਵੱਜ ਗਏ ਨੇ। ਹੁਣ ਮੈਂ ਦੁਬਾਰਾ ਕੰਮ ਧੰਦੇ ਨਿਬੇੜ ਕੇ, ਹੈ ਨਾ, ਦੁਕਾਨ ਦੇ ਉੱਤੇ ਆ ਗਈ ਹਾਂ, ਸ਼ੋਪ 'ਤੇ ਆ ਗਏ ਆਪਾਂ ਆਪਣੇ ਬੁਟੀਕ 'ਤੇ। ਅਤੇ ਸਾਰਿਆਂ ਨੂੰ ਪਤਾ ਹੀ, ਜਿਹੜੇ ਭੈਣ ਭਾਈ ਪਹਿਲਾਂ ਤੋਂ ਆਪਣੇ ਬਲੌਗ ਦੇਖਦੇ ਆ, ਹੈ ਨਾ, ਬੁਟੀਕ ਆਪਣਾ ਘਰ ਦੇ ਵਿੱਚ ਹੀ, ਸਲੂਨ 'ਤੇ ਬੁਟੀਕ, ਅਤੇ ਤਾਂ ਕਰਕੇ ਜਿਹੜਾ ਹੈਗਾ ਹਨੇਰੇ ਤੱਕ ਆਪਾਂ ਕੰਮ ਕਰ ਲੈਂਦੇ ਹਾਂ, ਪੂਰੇ ਹਨੇਰੇ ਤੱਕ। 11, 11:30, 12 ਵੀ ਵੱਜ ਜਾਂਦੇ ਆ, ਆਪਾਂ ਇੰਨਾ ਚਿਰ ਟਾਈਮ ਜਿਹੜਾ ਹੈਗਾ ਕੰਮ ਕਰਦੇ ਹਾਂ। ਬਾਕੀ ਇੱਕ ਮੈਂ ਹੋਰ ਵੀ ਦੱਸਣਾ ਚਾਹੂੰਗੀ ਜੀ, ਮੇਰੇ ਭੈਣਾਂ ਨੂੰ ਆਪਾਂ ਸਿਲਾਈ ਸੈਂਟਰ ਖੋਲ੍ਹੇ ਹੈ, ਅਤੇ ਜਿਹਨੇ ਲੱਗਣਾ, ਹੈ ਨਾ, ਪਿੰਡ ਦੇ ਵਿੱਚੋਂ, ਜਿਹੜੇ ਪਿੰਡ ਦੇ ਵਿੱਚ, ਚਾਹੇ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਜੇ ਕਿਸੇ ਨੇ ਲੱਗਣਾ, ਉਹ ਸਾਡੇ ਕੋਲ ਲੱਗ ਸਕਦਾ। ਆਪਣਾ ਸਿਲਾਈ ਸੈਂਟਰ ਖੁੱਲ੍ਹਿਆ ਹੋਇਆ 1 ਮਾਰਚ ਤੋਂ ਆਪਣੇ ਘਰ ਸਿਲਾਈ ਸੈਂਟਰ ਖੁੱਲ੍ਹਿਆ ਹੋਏਗਾ। ਹੁਣ ਮੈਂ ਜਿਹੜੇ ਕੱਪੜੇ ਪ੍ਰੈਸਾਂ ਕਰੀਆਂ ਨੇ, ਹੈ ਨਾ, ਜਿਹੜੇ ਦੇਣੇ ਆ, 5 ਤਰੀਕ ਦਿੱਤੀ ਹੋਈ ਸੀ ਜਿਹਨਾਂ ਦੀ, 4 ਤਰੀਕ ਦਿੱਤੀ ਹੋਈ ਸੀ, ਅੱਜ 4 ਦਿੱਤੀ ਹੋਈ ਸੀ, ਅੱਜ ਬਸ 2 ਕਮੀਜ਼ ਰਹਿ ਗਏ। ਅਤੇ ਨਹੀਂ, ਆਪਾਂ ਕਦੇ ਕਿਸੇ ਤੋਂ ਜਿਹੜੀ ਹੈਗੀ ਡੇਟ 'ਤੇ ਕਹਾਇਆ ਨਹੀਂ ਹੈਗਾ। ਅੱਜ 2 ਕਮੀਜ਼ ਰਹਿ ਗਏ ਸੀਗੇ ਤਰਪਾਈਆਂ ਵਾਲੇ, ਉਹ ਹੁਣੇ ਆਏ ਨੇ। ਚਲੋ ਉਹ ਕਹਿੰਦੇ ਕੋਈ ਗੱਲ ਨਹੀਂ, ਵੀ ਆਪਾਂ ਨੂੰ ਚਾਹੀਦੇ ਵੀ ਨਹੀਂ ਹੈਗੇ ਹਜੇ, 5 ਨੂੰ ਦੇਣੇ ਸੀਗੇ ਪੱਕਾ, 4-5 ਸੂਟ 5 ਨੂੰ ਹੀ ਆਪਾਂ ਉਹ ਦੇ ਦਾਂਗੇ। ਕੱਲ੍ਹ ਨੂੰ 5 ਤਰੀਕ ਹੈ। ਹੁਣ ਮੈਂ ਜਿਹੜੇ ਹੈਗੇ ਸੂਟ ਸਾਰੇ ਜਿੰਨੇ ਪ੍ਰੈਸ ਕਰੇ ਨੇ ਪੈਕ ਕਰਕੇ ਰੱਖਦੀ ਹਾਂ, ਕਿਉਂਕਿ ਪ੍ਰੈਸਾਂ ਮੈਂ ਕੁੜੀ ਤੋਂ ਕਰਵਾ ਲਈਆਂ ਸੀਗੀਆਂ, ਆਪਣੇ ਜਿਹੜੇ ਕੁੜੀਆਂ ਲੱਗੀਆਂ ਹੋਈਆਂ ਨੇ ਨਾਲ ਕੰਮ ਕਰਾਉਂਦੀਆਂ ਨੇ, ਅਤੇ ਸਲਵਾਰਾਂ ਵਗੈਰਾ ਕੱਢਦੀਆਂ ਨੇ, ਤਰਪਾਈਆਂ ਕਰਦੀਆਂ ਨੇ। ਪ੍ਰੈਸ ਵਾਲੀ ਕੁੜੀ ਵੀ ਆਪਣੇ ਰੱਖੀ ਹੋਈ ਹੈ, ਪ੍ਰੈਸਾਂ ਵਗੈਰਾ ਉਹ ਕਰ ਦਿੰਦੀ ਹੈ। ਪ੍ਰੈਸਾਂ ਉਹਨੇ ਸਾਰੀਆਂ ਕਰਤੀਆਂ ਸੀਗੀਆਂ, ਕੱਲ੍ਹ ਵੀ ਕਰੀਆਂ, ਕੁਛ ਅੱਜ ਵੀ ਕਰੀਆਂ, ਅਤੇ ਕਿਉਂਕਿ ਕਾਫੀ ਕੱਪੜੇ ਸੀਗੇ, ਕੁਛ ਵਿੱਚੋਂ ਦੇ ਵੀ ਦਿੱਤੇ ਮੈਂ, ਜਿਹੜੇ ਜ਼ਰੂਰੀ ਵਾਲੇ ਸੀਗੇ 4-5 ਸੂਟ, ਕੱਲ੍ਹ ਵੀ 4-5 ਸੂਟ ਗਏ ਆਪਣੇ, ਅੱਜ ਵੀ 2 ਸੂਟ ਗਏ ਆ, ਅਤੇ ਜਿਹੜੇ ਜਾਂਦੇ ਨੇ ਜਾਈ ਵੀ ਜਾਂਦੇ ਨੇ। ਨਹੀਂ, ਵੈਸੇ ਆਪਣੀ ਡੇਟ ਦਿੱਤੀ ਹੁੰਦੀ ਹੈ, ਆਪਾਂ ਉਹ ਡੇਟ 'ਤੇ ਚਲੋ ਦੇਣੇ ਹੁੰਦੇ ਆ। ਹੁਣ ਆਪਣੇ 8 ਨੂੰ ਦੇਣੇ ਆ, 8 ਦੀ ਜਿਵੇਂ ਸ਼ਿਵਰਾਤਰੀ ਹੈ, ਸ਼ਿਵਰਾਤਰੀ, ਹੈ ਨਾ, ਮੇਲੇ ਵਾਸਤੇ ਬਹੁਤ ਭੈਣਾਂ ਕੱਪੜੇ ਨਵੇਂ ਬਣਵਾਉਂਦੀਆਂ, ਸਾਡੇ ਨੇੜੇ ਰਣੀ ਕੇ ਪਿੰਡ ਮੇਲਾ ਲੱਗਦਾ ਜੀ, ਸ਼ਿਵਰਾਤਰੀ ਵਾਲੇ ਕੱਪੜੇ ਆਏ ਹੋਏ ਨੇ। ਉਸ ਤੋਂ ਬਾਅਦ 10 ਤਰੀਕ ਦੇ ਆਏ ਹੋਏ ਨੇ, 10-11 ਦੇ, ਕਿਸੇ ਦੇ 10-11-12 ਦਾ ਵਿਆਹ ਹੈ, ਉਹਨਾਂ ਦੇ ਕਈ ਸੂਟ ਨੇਗੇ। ਫਿਰ ਉਦੋਂ ਬਾਅਦ ਮਾਰਚ ਦਾ ਜਿਹੜਾ ਸਾਰਾ ਮਹੀਨਾ ਬੁਕਿੰਗ ਪਿਆ ਆਪਣੇ ਕੋਲ ਕੱਪੜਿਆਂ ਦਾ, ਬਹੁਤ ਜ਼ਿਆਦਾ ਬੁੱਕ ਪਏ। ਵੈਸੇ ਚਲੋ ਜਿਹੜੇ ਪੱਕੇ ਗਾਹਕ ਨੇ ਉਹਨਾਂ ਦੇ ਵਿੱਚ ਦੀ ਕੱਢ ਕੇ ਦੇਣੇ ਵੀ ਪੈਂਦੇ ਆ ਜੀ, ਹੈ ਨਾ। ਆਪਾਂ ਜਿਹੜਾ ਕੋਈ ਨਵਾਂ ਜਿਹਾ ਹੁੰਦਾ ਉਹਦੇ ਫਿਰ ਨਹੀਂ ਫੜਦੇ, ਤਕਰੀਬਨ ਆਪਾਂ ਫੜ ਜਿਹੜੇ ਪੱਕੇ ਗਾਹਕ ਨੇ ਉਹਨਾਂ ਦੇ ਤਾਂ ਸਿਲਾਈ ਕਰਕੇ ਦਿੰਦੇ ਹੀ ਆ, ਉਹਨਾਂ ਨੂੰ ਕਦੇ ਨਾਰਾਜ਼ ਨਹੀਂ ਕਰਦੇ। ਹੁਣ ਦੇਖੋ ਜਿਹੜੇ ਮੈਂ ਸੂਟ ਸਿਲਾਈ ਕਰੇ ਨੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ। ਅਤੇ ਇਹ ਹੈਗਾ ਜੀ ਕੋਟਨ ਦੇ ਸੂਟ, ਜਿੱਦਾਂ ਕਿ ਹੁਣ ਮੌਸਮ ਚੱਲ ਪਿਆ, ਹੈ ਨਾ, ਉਹ ਹਿਸਾਬ ਨਾਲ ਕੋਟਨ ਦੇ ਸੂਟ ਨੇ। ਇਹ ਕੋਟਨ ਦਾ ਸੂਟ, ਸਿੰਪਲ ਹੀ ਸੂਟ ਨੇ, ਇਹ ਜਿਹੜੀ ਹੈਗੀ ਸਟੇਟ ਜੀ ਸਲਵਾਰ ਹੀ ਹੈ, ਵੈਸੇ ਇਹਦੇ ਪੱਟ ਜਿਹੜੇ ਹੈਗੇ ਪਾਏ ਆ ਆਪਾਂ ਨੇ। ਅਤੇ ਇਹ ਹੈਗਾ ਜੀ ਆਪਣਾ, ਇਹ ਵੀ ਸਿੰਪਲ ਸੂਟ, ਅਤੇ ਇਹ ਹੈਗਾ ਪਲਾਜੋ ਨਾਲ, ਇਹ ਦੇਖੋ ਇਹ ਵਾਲਾ ਪਲਾਜੋ ਬਣਾਇਆ, ਇਹ ਪਲਾਜੋ ਨਾਲ, ਇਹਦੀ ਸ਼ਰਟ ਹੈਗੀ ਪਲਾਜੋ ਹੈਗਾ। ਇੱਕ ਹੈਗਾ ਜੀ ਇਹ ਵਾਲਾ ਸੂਟ ਕੋਟਨ ਦਾ, ਇਹਦਾ ਇਹ ਵਾਲਾ ਹੈਗਾ ਪਲਾਜੋ। ਪਲਾਜੋ 'ਤੇ ਜਿੱਦਾਂ ਅਸੀਂ ਇੱਕ ਪੋਕਿਟ ਲਾਉਂਦੇ ਹੁੰਦੇ ਹਾਂ, ਹੈ ਨਾ, ਲਾਸਟਿਕ ਵਾਲਾ ਪਲਾਜੋ ਹੈ। ਬਾਕੀ ਅਸੀਂ ਬੈਲਟ ਵਾਲਾ ਪਲਾਜੋ ਵੀ ਬਣਾਉਂਦੇ ਹਾਂ ਜੀ,
ਲਾਸਟਿਕ ਵਾਲਾ ਵੀ ਜਿੱਦਾਂ ਦਾ ਤੁਸੀਂ ਬਣਵਾਉਣਾ ਚਾਹੋ ਅਸੀਂ ਉਦਾਂ ਦੀ ਪਲਾਜੋ ਤਿਆਰ ਕਰਦੇ ਹਾਂ। ਇਹ 4 ਸੂਟ ਮੇਰੇ ਇੱਕ ਭੈਣ ਦੇ ਨੇ, ਇਹ ਵੀ ਕਾਟਨ ਦੇ ਸੂਟ ਆ ਜਿੱਦਾਂ ਹੁਣ ਮੌਸਮ ਦੇ ਹਿਸਾਬ ਨਾਲ, ਇੱਕ ਇਹ ਵਾਲਾ ਸੂਟ ਹੈ। ਇਹਦੀ ਜਿਹੜੀ ਹੈਗੀ ਆਪਾਂ ਨੇ ਪਾਕਿਸਤਾਨੀ ਸਲਵਾਰ ਬਣਾਈ ਹੈ, ਉਹ ਤਾਂ 4 ਸੂਟ ਦੇ ਗਏ ਸੀਗੇ, ਕਹਿੰਦੇ ਜਿੱਦਾਂ ਤੁਹਾਨੂੰ ਸਹੀ ਲੱਗੂਗਾ ਵੀ ਉਸ ਤਰੀਕੇ ਨਾਲ ਤੁਸੀਂ ਬਣਾ ਦਿਓ, ਵਿੱਚ ਪਲਾਜੋ ਬਣਾ ਦਿਓ, ਵਿੱਚ ਸਲਵਾਰਾਂ ਬਣਾ ਦਿਓ। ਇਹ ਆਪਾਂ ਨੇ ਸਟੇਟ ਸਲਵਾਰ ਰੱਖੀ ਹੈ ਬਗੈਰ ਪੱਟਾਂ ਤੋਂ, ਅਤੇ ਇਹ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। ਅਤੇ ਇਹ ਵਾਲੇ ਆਪਣੇ ਪ੍ਰੈੱਸ ਹੋਏ ਨੇ, ਇਹ ਆਪਾਂ ਇੱਕ ਦੇ ਵਿੱਚ ਪਾ ਦਿੰਦੇ ਹਾਂ, ਕਿਉਂਕਿ ਸਾਰੇ ਹੁਣ ਮੈਂ ਪਾ ਕੇ ਰੱਖੂੰ, ਸਵੇਰੇ ਨੂੰ ਅਗਲਾ ਮੁੜੂਗਾ ਨਹੀਂ ਜੀ, ਜਿਨ੍ਹਾਂ ਜਿਨ੍ਹਾਂ ਦੇ ਆਪਾਂ ਕੱਪੜੇ ਦੇਣੇ ਆ। ਇਹ 4 ਸੂਟ ਜਿਹੜੇ ਹੈਗੇ ਇੱਕ ਘਰ ਦੇ ਜਾਣੇ ਆ, ਕਿਉਂਕਿ ਚਲੋ ਹੈ ਨਾ, ਨਹੀਂ ਆਪਾਂ ਫੜਦੇ ਨਹੀਂ ਹੁੰਦੇ, ਜੇ ਆਪਣੇ ਕੋਲ ਟਾਈਮ ਹੈ ਤਾਂ ਆਪਾਂ ਫੜਦੇ ਹਾਂ, ਲਾਰਾ ਵਗੈਰਾ ਲਾਉਂਦੇ ਨਹੀਂ। ਇਹ ਨਾਪ ਵਾਲਾ ਸੂਟ ਹੈਗਾ ਉਹਨਾਂ ਦਾ, ਇਹ ਵਾਲੇ ਹੈਗੇ ਨੇ ਜਿਹੜੇ, ਇਹ ਆਪਣੀ ਦੁਕਾਨ ਤੋਂ ਹੀ ਸੇਲ ਹੋਏ ਸੀਗੇ, ਪਿਓਰ ਦੁਪੱਟਾ ਸੂਟ। ਇੱਕ ਇਹ ਵਾਲੀ ਇਹਦੀ ਸਲਵਾਰ ਹੈ, ਸਿੰਪਲ ਸੂਟ ਹੀ ਹੈ ਜੀ ਇਹ ਵਾਲੇ, ਇਹ ਆਪਣੀ ਸ਼ੋਪ ਤੋਂ ਹੀ ਸੇਲ ਹੋਏ ਹੋਏ ਆ। ਆਹ ਦੇਖੋ ਇੱਕ ਇਹ ਵਾਲੇ, ਇਹ ਇੱਕ ਘਰ ਦੇ ਨੇ, ਇਹ ਆਪਣੀ ਸ਼ੋਪ ਤੋਂ ਹੀ ਸੇਲ ਹੋਏ, ਇਹ ਵੀ ਆਪਣੀ ਸ਼ੋਪ ਤੋਂ ਸੇਲ ਹੋਇਆ ਹੋਇਆ। ਇਹਦੇ ਨਾਲ ਦਾ ਹੀ ਬਸ ਕਲਰਾਂ ਦਾ ਫਰਕ ਹੈ, ਇਹ ਕਿਸੇ ਦਾ ਹੋਰ ਹੈ ਜੀ, ਇਹ ਕਿਸੇ ਦੇ ਹੋਰ ਨੇ, ਕਿਉਂਕਿ ਆਪਣੇ ਆਪਣੇ ਵੀ ਜਿਹੜੇ ਕੱਪੜੇ ਸੇਲ ਹੋਏ ਨੇ, ਇਹਨਾਂ ਦਾ ਨਾਪ ਵਾਲਾ ਸੂਟ ਹੈਗਾ। ਇਹਨਾਂ ਨੂੰ ਮੈਂ ਅਲੱਗ ਅਲੱਗ ਪਾ ਦੂੰਗੀ, ਚਲੋ ਇਹਨਾਂ ਨੂੰ ਮੈਂ ਅਲੱਗ ਪਾਉਣੀ ਆ। ਇਹ ਜਿਹੜੇ ਹੈਗੇ ਨੇ, ਇਹਨਾਂ ਨਾਲ ਦੀਆਂ ਹਜੇ ਸਲਵਾਰਾਂ ਸਿਲਾਈ ਹੋ ਕੇ ਨਹੀਂ ਆਈਆਂ, ਸਲਵਾਰਾਂ ਦਿੱਤੀਆਂ ਹੋਈਆਂ ਨੇ, ਇਹਦੇ ਮੈਂ ਪਾਈਪਿੰਨ ਲਾਈਏ। ਆਹ ਦੇਖੋ ਆਪਾਂ ਤੁਹਾਨੂੰ ਸਾਡੀ ਪਾਈਪਿੰਨ ਲੱਗੀ ਹੋਈ ਵੀ ਦਿਖਾਉਂਦੇ ਹਾਂ ਇਹਦੇ ਵਿੱਚ। ਆਹ ਦੇਖੋ ਮੈਂ ਜ਼ੂਮ ਕਰਕੇ ਦਿਖਾਊਂ, ਜਿੱਦਾਂ ਕਿ ਸਰਦਈ ਜਿਹੇ ਰੰਗ ਦੀ ਬੂਟੀ ਸੀਗੀ, ਆਪਾਂ ਬੂਟੀ ਦੇ ਨਾਲ ਦੀ ਪਾਈਪਿੰਨ ਦਿੱਤੀ ਹੈ। ਦੇਖੋ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਜਿਹੜੀ ਹੈਗੀ, ਦੇਖੋ ਆਪਣਾ ਕੰਮ ਕਰਿਆ ਹੁੰਦਾ, ਪਾਈਪਿੰਨ ਲੱਗੀ ਦਾ ਦੇਖੋ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਲੱਗੀ ਹੋਈ ਹੈ, ਅਤੇ ਨਾਲ ਆਪਾਂ ਨੇ ਬਾਹਾਂ 'ਤੇ ਵੀ ਲਾਈ ਹੋਈ ਹੈ। ਵੈਸੇ ਸੂਟ ਕਾਟਨ ਦਾ ਹੈ, ਸਿੰਪਲ ਸੂਟ ਹੈ, ਚਾਕਰ ਬਾਹਾਂ 'ਤੇ ਪਾਈਪਿੰਨ ਕੱਢੀ ਹੋਈ ਹੈ। ਇਹਨਾਂ ਨਾਲ ਦੀਆਂ ਹਜੇ ਸਲਵਾਰਾਂ ਜਿਹੜੀਆਂ ਹੈਗੀਆਂ, 2 ਸੂਟਾਂ ਦੀਆਂ ਸਿਲਾਈ ਹੋ ਕੇ ਨਹੀਂ ਆਈਆਂ ਹੈਗੀਆਂ, ਅਤੇ ਇਹਦੇ ਨਾਲ ਦਾ ਕਮੀਜ਼ ਨਹੀਂ ਆਇਆ ਹੈਗਾ ਤਰਪਾਈ ਹੋ ਕੇ, ਸਲਵਾਰ ਹੈ ਇਕੱਲੀ। ਅਤੇ ਇਹ 4 ਸੂਟ ਅਲੱਗ ਆ, ਮੈਥੋਂ ਚੱਕਣ ਵੇਲੇ ਤਹਿਾਂ ਜਿਹੀਆਂ ਥੋੜ੍ਹੀਆਂ ਜਿਹੀਆਂ ਖਰਾਬ ਹੋ ਗਈਆਂ, ਵੈਸੇ ਤਾਂ ਪ੍ਰੈੱਸ ਕਰਕੇ ਵਧੀਆ ਤਹਿਾਂ ਲਾਈਆਂ ਹੋਈਆਂ ਸੀਗੀਆਂ। ਇਹ ਕਾਫੀ ਟਾਈਮ ਦੇ ਪਏ ਸੀਗੇ ਮੇਰੀ ਭੈਣ ਦੇ ਸੂਟ ਮੇਰੇ ਕੋਲੇ, ਅਤੇ ਗਰਮ ਸੂਟ ਆ, ਚਲੋ ਥੋੜ੍ਹਾ ਜਿਹਾ ਦੇਣ 'ਚ ਹੀ ਲੇਟ ਹੋ ਗਏ। ਆਪਾਂ ਇਹਨਾਂ ਨੂੰ ਆਪਾਂ ਅਲੱਗ ਪਾ ਦਾਂਗੇ, ਇਹ ਜਿਹੜੇ ਹੈਗੇ ਅਲੱਗ ਸੂਟ ਨੇ। ਇਹ ਨਾਲ ਵਾਲਾ ਜੀ ਇਹਦਾ ਦੁਪੱਟਾ ਹੈਗਾ ਆ, ਇਹਦਾ ਦੁਪੱਟਾ ਹੈਗਾ ਇਹ ਵਾਲੇ ਸੂਟ ਦਾ, ਦੇਖੋ ਇਹ ਆਪਣੇ ਸ਼ੋਪ 'ਤੇ ਸੇਲ ਹੋਏ ਸੀਗੇ, ਕੱਟ ਵਰਕ ਦੇ ਦੁਪੱਟੇ ਵਾਲੇ, ਪਿਓਰ ਦਾ ਦੁਪੱਟਾ, ਫੁੱਲ ਪਿਓਰ ਦਾ। ਇਹ ਨਾਲ ਦੀ ਸਲਵਾਰ ਹਜੇ ਰੈਡੀ ਨਹੀਂ ਹੋਈ, ਆਪਾਂ ਦੁਪੱਟਾ ਵਿੱਚ ਪਾ ਕੇ ਇਹਨਾਂ ਦਾ ਰੱਖ ਦਿੰਦੇ ਹਾਂ। ਇਹ ਵਾਲਾ ਹੈਗਾ ਜੀ ਇਹਨਾਂ ਦਾ ਨਾਪ ਵਾਲਾ ਸੂਟ। ਬਾਕੀ ਹੁਣ ਜਿਹੜੇ ਹੈਗੇ ਮੈਂ ਕੱਪੜੇ ਵੀ ਕਟਿੰਗ ਕਰਦੀ ਹਾਂ ਪਹਿਲਾਂ, ਇਹਨਾਂ ਨੂੰ ਵੀ ਪਾਉਣੀ ਆ, ਅਤੇ ਕੱਪੜੇ ਕਟਿੰਗ ਕਰਦੀ ਹਾਂ। ਇੱਧਰ ਮੈਂ ਪ੍ਰੈੱਸ ਕਰਕੇ ਲੈ ਕੇ ਆਈ ਹਾਂ, ਇੱਧਰ ਇਸ ਤਰ੍ਹਾਂ ਪ੍ਰੈੱਸ ਕਰਕੇ ਸਿੱਧਾ ਰੱਖਣਾ ਪੈਂਦਾ, ਹੁਣ ਇਹਦੀ ਵੀ ਕਟਿੰਗ ਕਰੂੰ। ਇੱਕ ਪ੍ਰੈੱਸ ਕਰਕੇ ਉੱਧਰ ਕੁਰਸੀ ਦੇ ਉੱਪਰ ਪਾ ਕੇ ਆਈ ਹਾਂ ਜੀ, ਕਿਉਂਕਿ ਪਿਓਰ ਹੋਵੇ, ਕਰੇਵ ਹੋਵੇ, ਹੈ ਨਾ, ਔਰਗੰਜਾ ਹੋਵੇ, ਇਹਦੇ 'ਚ ਵਲ ਬਹੁਤ ਜ਼ਿਆਦਾ ਪੈਂਦੇ ਆ, ਪਹਿਲਾਂ ਪ੍ਰੈੱਸ ਕਰਕੇ ਸਾਰਾ ਕਟਿੰਗ ਕਰਨਾ ਪੈਂਦਾ। ਆਹ ਦੇਖੋ ਇਹਦੇ ਨਾਲ ਦੀ ਸ਼ਰਟ ਮੈਂ ਕੱਟੀ ਹੋਈ ਹੈ ਬਣਾ ਰਹੀ ਤੀ, ਹੈਂਡ ਵਰਕ ਵਾਲੀ, ਇਹ 'ਤੇ ਵੀ 2 ਵਾਰੀ ਪ੍ਰੈੱਸ ਹੋ ਗਈ। ਪਹਿਲਾਂ ਜਿਹੜਾ ਹੈਗਾ ਪਹਿਲਾਂ ਪ੍ਰੈੱਸ ਕਰੀ ਕੱਟਣ ਤੋਂ ਪਹਿਲਾਂ, ਫਿਰ ਕੱਟ ਕੇ ਪੀਸ ਫਿਰ ਪ੍ਰੈੱਸ ਕਰੀ, ਫਿਰ ਤਾਂ ਇਹ ਸੂਟਾਂ 'ਤੇ ਤਾਂ ਇੰਨੀ ਫਿਨਿਸ਼ਿੰਗ ਆਉਂਦੀ ਹੈ, ਨਹੀਂ ਤਾਂ ਇਹਨਾਂ 'ਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਨੀਚੇ ਜਿਹੜਾ ਟਾਪਟ ਹੈ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵਲ ਪੈਂਦੇ ਆ, ਇਹਦੇ ਨੀਚੇ ਟਾਪਟਾ ਲੱਗਿਆ ਹੋਇਆ,
ਟਾਪਟਾ ਲੱਗਿਆ ਦੇਖੋ ਹੈਂਡ ਵਰਕ ਤੋਂ ਬਚਾ ਕੇ ਜਿੱਦਾਂ ਆਹ ਦੇਖੋ ਮੇਰਾ ਕੱਚਾ ਕਰਿਆ ਹੋਇਆ ਇਸ ਤਰ੍ਹਾਂ ਆਪਾਂ ਕੱਚਾ ਕਰਦੇ ਹੁੰਦੇ ਹਾਂ ਜਿਹੜੇ ਪਲੋਈਆਂ ਪਾਉਣੇ ਆ ਕਿਉਂਕਿ ਬਹੁਤ ਮੇਰੇ ਭੈਣਾਂ ਦੇ ਕਮੈਂਟ ਵੀ ਆਏ ਹੈ ਨਾ ਵੀ ਇਹਦੇ ਵਿੱਚੋਂ ਜਦੋਂ ਤੁਸੀਂ ਪਲੋਈਆਂ ਪਾਉਣੇ ਤੁਹਾਡਾ ਕੱਪੜਾ ਅਲੱਗ ਨਹੀਂ ਹੋ ਜਾਂਦਾ ਵੀ ਸਾਡਾ ਹੋ ਜਾਂਦਾ ਹੈ ਇਹਦੇ ਵਿੱਚ ਤੁਸੀਂ ਜਿੱਥੋਂ ਪਲੋਈ ਦੀ ਨਿਸ਼ਾਨੀ ਲਾ ਗਈ ਜੀ ਉੱਥੇ ਕੱਚਾ ਕਰ ਲਓ ਇੱਧਰਲਾ ਪਾਸਾ ਕਰਕੇ ਆਹ ਦੇਖੋ ਮੈਂ ਇਹ ਵੀ ਦੱਸਣਾ ਚਾਹਾਂਗੀ ਆਹ ਦੇਖੋ ਆਹ ਨਿਸ਼ਾਨੀ ਲੱਗੀ ਹੋਈ ਆਪਣੀ ਪਲੋਈ ਦੀ ਇੱਧਰ ਇਹ ਨਿਸ਼ਾਨ ਲੱਗਿਆ ਹੋਇਆ ਇਹ ਵੀ ਨਿਸ਼ਾਨ ਲੱਗਿਆ ਹੋਇਆ ਇਹ ਵੀ ਇੱਥੇ ਬਿਲਕੁਲ ਅੱਧ ਕਰਕੇ ਇੱਕ ਤਾਂ ਗਲਿਊ ਵੀ ਆਉਂਦੀ ਹੈ ਮੈਂ ਉਹ ਵੀ ਦਿਖਾਉਣੀ ਆ ਤੁਹਾਨੂੰ ਗਲਿਊ ਵੀ ਆਉਂਦੀ ਹੈ ਅਤੇ ਜਿਹੜੀ ਫੈਬਰਿਕ ਗਲਿਊ ਆਉਂਦੀ ਹੈ ਹੈ ਨਾ ਉਹਦੇ ਨਾਲ ਵੀ ਤੁਸੀਂ ਲਾ ਸਕਦੇ ਹੋ ਮੈਂ ਇੱਕ ਵਾਰੀ ਕਰਿਆ ਵੀ ਤੇ ਕਿਉਂਕਿ ਮੈਂ ਸਿਲਾਈ 'ਤੇ ਜ਼ਿਆਦਾ ਲੱਗੀ ਹੋਈ ਹਾਂ ਮੈਨੂੰ ਸਿਲਾਈ ਨਾਲ ਥੋੜ੍ਹਾ ਜਿਹਾ ਜ਼ਿਆਦਾ ਸੌਖਾ ਲੱਗਦਾ ਆਹ ਦੇਖੋ ਸਿੱਧੀ ਸਿਲਾਈ ਲਾਤੀ ਆਪਣੇ ਬੜੇ ਵਖੇ ਨਾਲ ਹੁਣ ਜਦੋਂ ਇਸ ਤਰ੍ਹਾਂ ਕਰਕੇ ਆਪਾਂ ਪਲੋਈ ਪਾਵਾਂਗੇ ਫਿਰ ਕੱਪੜਾ ਵਿੱਚੋਂ ਨਹੀਂ ਨਿਕਲੂਗਾ ਜਿਹੜੀ ਇਹ ਪਲੋਈ ਹੈ ਇਹਦਾ ਵੀ ਆਪਾਂ ਕੱਚਾ ਕਰਾਂਗੇ ਜਿਹੜੀ ਇਹ ਪਲੋਈ ਹੈ ਇਹਦਾ ਵੀ ਕੱਚਾ ਕਰਾਂਗੇ ਲਾਈਨਿੰਗ ਵਾਲੇ ਸੂਟ 'ਤੇ ਮੱਥਾ ਤਾਂ ਬਹੁਤ ਜ਼ਿਆਦਾ ਵੱਜਦਾ ਜੀ ਹੈ ਨਾ ਥੋੜ੍ਹਾ ਜਿਹਾ ਜਿਵੇਂ ਕਹਿ ਦਈਏ ਆਪਾਂ ਅਣਖਿੱਝਾ ਹੋ ਕੇ ਆਪਾਂ ਨੂੰ ਕੰਮ ਕਰਨਾ ਪੈਂਦਾ ਦੇਖੋ ਜਿਹੜੀ ਗਲੇ ਦੀ ਫਿਨਿਸ਼ਿੰਗ ਗਲਾ ਬਿਲਕੁਲ ਇਹ ਨਹੀਂ ਹੈਗਾ ਵੀ ਵਰਕ ਤੋਂ ਇੱਧਰ ਵੱਧ ਹੋ ਗਿਆ ਜਾਂ ਇੱਧਰ ਵੱਧ ਹੋ ਗਿਆ ਜਿੱਦਾਂ ਦਾ ਵਰਕ ਹੈ ਉਸ ਹਿਸਾਬ ਨਾਲ ਹੀ ਅਸੀਂ ਕਟਿੰਗ ਕਰਕੇ ਵੀ ਗਲੇ ਪਾਉਣੇ ਆ ਦੇਖੋ ਕਈ ਵਾਰੀ ਕੋਈ ਭੈਣਾਂ ਵਿੱਚ ਲੀਰ ਲਵਾਉਂਦੀਆਂ ਨੇ ਆਪਾਂ ਲੀਰ ਵੀ ਲਾ ਦਿੰਦੇ ਹਾਂ ਇਹ ਤਾਂ ਆਪਾਂ ਬੁਕਰਮ 'ਤੇ ਗਲਾ ਕੱਟਿਆ ਹੋਇਆ ਆਪਣਾ ਆਪਾਂ ਉਹ ਵਾਲੇ ਪਾਉਣੇ ਆ ਕਿਉਂਕਿ ਜਿਹੜੇ ਮਿਲਦੇ ਆ ਗਲਿਆਂ ਦੇ ਪੈਕਟ ਉਹਨਾਂ ਦਾ ਸਾਈਜ਼ ਨਹੀਂ ਆਉਂਦਾ ਕਈ ਵਾਰੀ ਇਹ ਗਲਿਆਂ ਦੇ ਹਿਸਾਬ ਨਾਲ ਫਿਰ ਆਪਾਂ ਇਹਦੇ ਹਿਸਾਬ ਨਾਲ ਕਟਿੰਗ ਕਰ ਲੈਂਦੇ ਹਾਂ ਜਿੱਦਾਂ ਦੇਖੋ ਆਹ ਵੀ ਮੇਰਾ ਕੱਚਾ ਕਰਿਆ ਹੋਇਆ ਆਲੇ ਦੁਆਲੇ ਦੇਖੋ ਸਾਰਾ ਪਹਿਲਾਂ ਮੋਢਿਆਂ ਦਾ ਇਹ ਵਾਲੇ ਸਾਰਾ ਕੱਚਾ ਕਰਕੇ ਦੇਖੋ ਇੱਧਰੋਂ ਦਿਖਦਾ ਪੁੱਠੇ ਪਾਸਿਓਂ ਕੱਚਾ ਕਰਕੇ ਫਿਰ ਹੀ ਗਲਾ ਜੜਦੇ ਹਾਂ ਫਿਰ ਇਹ ਕੱਚਾ ਕਰਕੇ ਬਹੁਤ ਸੌਖਾ ਰਹਿੰਦਾ ਇਹਦੇ 'ਤੇ ਆਪਾਂ ਨੇ ਲੈਸ ਵਗੈਰਾ ਲਾਉਣੀ ਹੈ ਜਦੋਂ ਆਪਣੇ ਸੂਟ ਰੈਡੀ ਹੋ ਗਏ ਆਪਾਂ ਫਿਰ ਵੀ ਤੁਹਾਨੂੰ ਦਿਖਾਵਾਂਗੇ ਇੱਕ ਆਪਣੇ ਇਹ ਵਾਲਾ ਸੂਟ ਕਟਿੰਗ ਕਰਦੀ ਹਾਂ ਮੈਂ ਅੱਧ ਵਿਚਾਲਾ ਜਿਹਾ ਪਿਆ ਇਹਦਾ ਵੀ ਇਹ ਇੱਕ ਭੈਣ ਦੇ ਨੇ ਤਿੰਨ ਚਾਰ ਸੂਟ ਪਹਿਲਾਂ ਦੇਣੇ ਆ ਅਤੇ 10 ਤਰੀਕ ਤੱਕ ਅਤੇ ਇਹ ਵੀ ਦੇਣੇ ਆਪਾਂ ਨੇ ਦੇਖੋ ਇਹ ਇਹਦੇ ਨਾਲ ਡਿਜ਼ਾਇਨ ਕਰਨਾ ਕਿੱਦਾਂ ਡਿਜ਼ਾਇਨ ਕਰਾਂਗੇ ਆਪਾਂ ਉਹ ਤੁਹਾਨੂੰ ਬਣੇ ਹੋਏ ਜ਼ਰੂਰ ਦਿਖਾਵਾਂਗੇ ਇਹਦੇ 3 ਲਾਈਸਾਂ ਨੇ ਇਹ ਗੋਟਾ ਪੱਤੀ ਹੋ ਗਈ ਇਹ ਲੈਸ ਹੋ ਗਈ ਇਹ ਜਿਵੇਂ ਫੁੱਲ ਜਿਹੇ ਹੋ ਗਈ ਇਹ ਵੀ ਜਿਹੜਾ ਹੈਗਾ ਸਿਮਰ ਦਾ ਸੂਟ ਹੈਗਾ ਆ ਉਹ ਵੀ ਸਿਮਰ ਦਾ ਸੀਗਾ ਅਤੇ ਜਿਹੜਾ ਮੈਂ ਪਹਿਲਾਂ ਦਿਖਾਇਆ ਇੱਕ ਉਹਨਾਂ ਦਾ ਹੋਰ ਸੂਟ ਆ ਉਹ ਕਟਿੰਗ ਕਰਨਾ ਆਹ ਦੇਖੋ ਉਹਦੇ 'ਤੇ ਇਹ ਵਾਲੀ ਲੇਸ ਲਾਉਣੀ ਹੈ ਜਿਹੜਾ ਉਹ ਵਾਲਾ ਸੂਟ ਪਹਿਲਾਂ ਦਿਖਾ ਕੇ ਉਹ 'ਤੇ ਇਹ ਲੇਸ ਲਾਉਣੀ ਹੈ ਇੱਕ ਉਹਨਾਂ ਦਾ ਇਹ ਵਾਲਾ ਸੂਟ ਹੈ ਇਹ 'ਤੇ ਵੀ ਅਜੇ ਪ੍ਰੈਸਾਂ ਕਰਕੇ ਲੈ ਕੇ ਆਉਂਦੀ ਹਾਂ ਫਿਰ ਕਟਿੰਗ ਕਰਾਂਗੇ ਆਹ ਦੇਖੋ ਇਹ ਵਾਲਾ ਸੂਟ ਹੈ ਇਹ ਵੀ ਆਪਾਂ ਤੁਹਾਨੂੰ ਫਿਰ ਦਿਖਾਵਾਂਗੇ ਇਹਦੇ 'ਤੇ ਇਹ ਵੀ ਇਹ ਵਾਲੀ ਪਾਈਪਿੰਨ ਕੱਢਣੀ ਹੈ ਇਹ ਵਾਲੀ ਪਾਈਪਿੰਨ ਇੱਥੇ ਕੱਢਣੀ ਹੈ ਕਿਉਂਕਿ ਮੈਂ ਅਲੱਗ ਅਲੱਗ ਇਸ ਤਰ੍ਹਾਂ ਬੰਨ ਕੇ ਰੱਖਦੀ ਹਾਂ ਫਿਰ ਜੀ ਕਿਉਂਕਿ ਪਤਾ ਨਹੀਂ ਲੱਗਦਾ ਹੈਗਾ ਫਿਰ ਵੀ ਕਿਹੜੀ ਕਿਹਦੇ 'ਤੇ ਲਾਉਣੀ ਹੈ ਕਿਉਂਕਿ ਉਹਨਾਂ ਦੇ ਸਾਰੇ ਸੂਟਾਂ ਦੀਆਂ ਪਾਈਪਿੰਨ ਲੈਸਾਂ ਵਗੈਰਾ ਹੈਗੀਆਂ ਤੀਆਂ ਫਿਰ ਅਲੱਗ ਅਲੱਗ ਪਾਈ ਹੋਈ ਹੈ ਜਦੋਂ ਕੋਈ ਸਿਲਾਈ ਕਰਦੇ ਉਹਦੀ ਕੱਢਦੇ ਹਾਂ ਕਿਉਂਕਿ ਵਿੱਚ ਸਾਡੇ ਨਾਲ ਫਿਰ ਕੁੜੀਆਂ ਕੰਮ ਕਰਾਉਂਦੀਆਂ ਨੇ ਨਹੀਂ ਪਤਾ ਲੱਗਦਾ ਹੈ ਨਾ ਫਿਰ ਮੈਂ ਆਪ ਦੱਸ ਕੇ ਕਮੀਜ਼ਾਂ ਸਾਰੀਆਂ ਮੈਂ ਆਪ ਤਿਆਰ ਕਰਦੀ ਹਾਂ ਜੀ ਕਮੀਜ਼ਾਂ ਸਾਰੀਆਂ ਆਪ ਕਰਦੀ ਹਾਂ ਮੈਂ ਸਲਵਾਰਾਂ ਕਰਵਾ ਲੈਂਦੀ ਹਾਂ ਜਾਂ ਤਰਕਾਲੀਆਂ ਕਰਵਾ ਲੈਂਦੀ ਹਾਂ ਕੋਈ ਉਹ ਵੀ ਸਲਵਾਰਾਂ ਵੀ ਅਸੀਂ ਕੋਲ ਬੈਠ ਕੇ ਕਰਵਾਉਂਦੇ ਹਾਂ ਅਤੇ ਪਹਿਲਾਂ ਤਾਂ ਆਪਾਂ ਦੇ ਵੀ ਦਿੰਦੇ ਹੁੰਦੇ ਸੀਗੇ ਹੁਣ ਆਪਾਂ ਇੱਥੇ ਦੁਕਾਨ 'ਤੇ ਕੰਮ ਕਰਵਾਉਂਦੇ ਹਾਂ ਜੇ ਕਿਸੇ ਨੇ ਵੀ ਹੈ ਨਾ ਕਿਸੇ ਨੇ ਵੀ ਸਾਡੇ ਕੋਲ ਤਰਪਾਈ ਵਾਸਤੇ ਜਾਂ ਕਾਸੇ ਵਾਸਤੇ ਜਾਂ ਸਿਲਾਈ ਵਾਸਤੇ ਲੱਗਣੇ ਉਹ ਸਾਡੇ ਕੋਲ ਲੱਗ ਸਕਦੇ ਇਹ ਵਾਲੀ ਗਲਿਊ ਆਉਂਦੀ ਹੈ ਜੀ ਦੇਖੋ ਇਹਦੇ 'ਤੇ ਲਿਖਿਆ ਹੋਇਆ ਆਹ ਦੇਖੋ ਫੈਬਰਿਕ ਗਲਿਊ ਹੈ ਨਾ ਇਹ ਆਉਂਦੀ ਹੈਗੀ ਜਿੱਦਾਂ ਮਰਜ਼ੀ ਤੁਸੀਂ ਇਹਦੇ ਨਾਲ ਕੋਈ ਸਟੋਨ ਬਟਨ ਲਾਉਣੇ ਆ ਉਹ ਵੀ ਲਾ ਸਕਦੇ ਆ ਦੇਖੋ ਮੈਂ ਖੋਲ੍ਹ ਕੇ ਦਿਖਾਉਣੀ ਆ ਆਹ ਦੇਖੋ ਆਪਾਂ ਕਿਸੇ ਦਿਨ ਤੁਹਾਨੂੰ ਲਾ ਕੇ ਵੀ ਦਿਖਾਵਾਂਗੇ ਇਹਦੇ ਨਾਲ ਲਾਈਨਿੰਗ ਵੀ ਤੁਸੀਂ ਜੋੜ ਸਕਦੇ ਹੋ ਲਾਈਨਿੰਗ ਜਿੱਦਾਂ ਮਰਜ਼ੀ ਸੂਟ ਦੇ ਨਾਲ ਜੋੜ ਕੇ ਕੱਚਾ ਮਤਲਬ ਕਿ ਕੱਚਾ ਕਰ ਸਕਦੇ ਹੋ ਇਹ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਬਾਜ਼ਾਰਾਂ ਦੇ ਵਿੱਚੋਂ ਮਿਲ ਜਾਂਦੀ ਹੈ ਬਾਕੀ ਆਪਣੇ ਕੋਲ ਬਹੁਤ ਜ਼ਿਆਦਾ ਸੂਟ ਪਏ ਨੇ ਜੀ ਆਹ ਦੇਖੋ ਸਾਰੇ ਜਿਹੜੇ ਹੈਗੇ ਨੇ
ਲੋਕਾਂ ਦੇ ਸਿਉਣ ਵਾਲੇ ਸੂਟ ਨੇ, ਹੋ ਪਿਆ ਬਹੁਤ ਵੱਡਾ ਬੈਗ, ਇੱਕ ਹਜੇ ਆਹ ਹੁਣੇ ਆਇਆ ਹੈਗਾ, ਹੁਣੇ ਆਇਆ, ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੂਟ ਨੇ, ਹਜੇ ਮੈਂ ਇਹ ਖੋਲ੍ਹ ਕੇ ਵੀ ਨਹੀਂ ਦੇਖਿਆ ਹੈਗਾ, ਮੈਂ ਦੇਖਦੀ ਹਾਂ, ਮੈਂ ਦੇਖਿਆ ਵੀ ਨਹੀਂ, ਚੈੱਕ ਵੀ ਨਹੀਂ ਕੀਤਾ, ਦੇਖੋ ਕਿੰਨੇ ਸੂਟ ਨੇਗੇ, ਇਹ ਹੁਣੇ ਆਏ ਸੀਗੇ, ਇਹ ਮੈਨੂੰ ਲੱਗਦਾ ਹੋਣਗੇ 8-10 ਸੂਟ ਤਾਂ ਇਹਦੇ ਵਿੱਚ, ਕੋਟਨ ਦੇ ਸੂਟ ਨੇਗੇ, ਅਤੇ ਜਿੱਦਾਂ ਜਿੱਦਾਂ ਆਪਾਂ ਸਿਲਾਈ ਕਰਾਂਗੇ ਤੁਹਾਨੂੰ ਦਿਖਾਵਾਂਗੇ, ਕਿਉਂਕਿ ਜਿਹੜੇ ਸਾਡੇ ਤੋਂ ਸਿਲਾਈ ਕਰਾਉਂਦੇ ਨੇ ਹੈ ਨਾ, ਉਹਨਾਂ ਦਾ ਵਿਸ਼ਵਾਸ ਬਣਿਆ ਹੋਇਆ ਜੀ, ਫਿਰ ਐਵੇਂ ਹੀ ਹੁਣ ਤਾਂ ਬਹੁਤ ਜ਼ਿਆਦਾ ਜਿਹੜੇ ਹੈਗੇ ਲੋਕਾਂ ਦੇ ਆਕਾਂ ਸਾਕਾਂ 'ਚ ਹੈ ਨਾ, ਜਿਵੇਂ ਕਹਿੰਦੇ ਰਿਸ਼ਤੇਦਾਰਾਂ ਦੀ ਸਿਲਾਈ ਦੇਣ ਲੱਗ ਗਏ ਸਾਨੂੰ, ਕਿਉਂਕਿ ਸਾਡੀ ਸਿਲਾਈ ਜਿਹੜੀ ਹੈਗੀ ਆਪਣੀ ਸਾਫ਼ ਸੁਥਰੀ ਹੁੰਦੀ ਹੈ, ਆਪਾਂ ਨਹੀਂ ਕਹਿੰਦੇ ਸਾਰੇ ਹੀ ਸਾਫ਼ ਸੁਥਰੀ ਕਰਦੇ ਆ ਹੈ ਨਾ, ਆਪਣੇ ਵਿਸ਼ਵਾਸ 'ਤੇ ਕਰਦੇ ਆ, ਅਤੇ ਆਪਾਂ ਕਦੇ ਵੀ ਕਿਸੇ ਗਾਹਕ ਨੂੰ ਨਾਰਾਜ਼ ਕਰਕੇ ਨਹੀਂ ਭੇਜਿਆ ਹੈਗਾ, ਅਤੇ ਸਿਲਾਈ ਤੋਂ ਅਗਲਾ ਖੁਸ਼ ਹੋ ਕੇ ਜਾਂਦਾ। ਚਲੋ ਜੀ, ਹੁਣ ਮੈਂ ਕੱਪੜੇ ਕੱਟਦੀ ਹਾਂ, ਦੇਖਦੀ ਹਾਂ ਕੱਪੜੇ ਕੱਟਣ ਲੱਗਦੀ ਹੈਗੀ, ਅਤੇ ਪਹਿਲਾਂ ਇਹ ਪਾ ਦਾਂ ਮੈਂ ਕੱਪੜੇ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।